ਚਾਤਾ ਪੀ ਜਾਂਦੇ ਫਿਰ ਨਾਲ ਤਾਂ ਚਾਤਰਾ ਹੀ ਸੀਗੀ ਹੁਣ ਤਾਂ ਮੈਨੂੰ ਪਿਆ ਕੇ ਆਈਆਂ ਅੰਦਰ ਕਾਫੀ ਤੂੰ ਚਾਹ ਪੀਣ ਵਾਲੇ ਲੱਛਣ ਨੇ ਤੇਰੇ ਉਪਰ ਜਾਈ ਤੂੰ ਮੇਰੇ ਹੁੰਦੇ ਕਿਉਂ ਟੈਨਸ਼ਨ ਲੈਣੀ ਹੈ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਜਦੋਂ ਮਰਜ਼ੀ ਮੈਨੂੰ ਅੱਧੀ ਰਾਤ ਯਾਦ ਕਰ ਲਿਆ ਕਰ ਅੱਧੀ ਰਾਤ ਵੀ ਹਾਜ਼ਰ ਹੋਊਂਗਾ ਚਲੋ ਤਾਂ ਗੱਲ ਥੋੜੀ ਸਹੀ ਹੈ ਜੀ ਹੂੰ ਜੇ ਮੇਰੇ ਹਿਸਾਬ ਨਾਲ ਚੱਲੇਗੀ ਤਾਂ ਨਜ਼ਾਰੇ ਲਏਗੀ ਨਾਲੇ ਮਾਸੀ ਉਹ ਬੰਦਾ ਕੌਣ ਆਂਦਾ ਜਿਹੜਾ ਸਵੇਰੇ ਸਵੇਰੇ ਆ ਜਾਂਦਾ ਓਏ ਗੱਲ ਹੋ ਉਹਦੇ ਖਿਲਾਫ ਨਾ ਕੁਝ ਬੋਲੀ ਮੇਰਾ ਜਿਗਰੀ ਜਾ ਰਿਹਾ ਹੋ ਕੀ ਹੋ ਯਾਰ ਇੱਥੇ ਤਾਂ ਆ ਕੇ ਫਸ ਗਿਆ ਮੈਂ ਜਮਾ ਇੱਥੇ ਦਾ ਨਾ ਮਾਸੜ ਟਿਕਣ ਦੇਵੇ ਨਾ ਮਾਸੀ ਪਿੰਡ ਹੁੰਦਾ ਪਿੰਡ ਨਜ਼ਾਰੇ ਲੈਂਦਾ ਹੁੰਦਾ ਉਹ ਕੀ ਫਰੋੜ ਫਰੋੜ ਜੀ ਗਿਆ ਓਏ ਉਹ ਕੁਛ ਨਹੀਂ ਮਾਸੜ ਤੂੰ ਰੇ ਕੀ ਕਰਦਾ ਤੂੰ ਉੱਥੇ ਮੈਨੂੰ ਫਸ ਜਾਣਗੇ ਉਹ ਪਹਿਲੇ ਟੱਠੇ ਨੂੰ ਕੋਲ ਖਵਾਉਗਾ ਉਹ ਮਾਸੜ ਮੇਰਾ ਇਹ ਕਹਿਣ ਦਾ ਥੋੜੀ ਮਤਲਬ ਦੀ ਹੋਰ ਕੀ ਮਤਲਬ ਹੈ ਮਾਸੀ ਆ ਲੈ ਆ ਮਾਸੜ ਤੂੰ ਇਹ ਤਾਂ ਉਰੇ ਆ ਕੇ ਮੇਰੇ ਨਾਲ ਲੱਗ ਗਿਆ ਬੈਸ ਕਰਨਾ ਤੈਨੂੰ ਬੇਲੇ ਨੂੰ ਕੋਲ ਖਵਾਉਣਾ ਮੈਨੂੰ ਦੱਸ ਵੇ ਤੈਨੂੰ ਬੇਲੇ ਨੂੰ ਕੌਣ ਖਵਾਉਂਦਾਗਾ ਮੈਂ ਬੇਲਾ ਨਾ ਹੋਰ ਕਮਾਈ ਕਰਦਾ ਤੂੰ ਹੋਰ ਕੌਣ ਕਮਾਈ ਤੈਨੂੰ ਕੌਣ ਦਿੰਦਾ ਕਮਾ ਕੇ ਮੈਂ ਮਰ ਜਾ ਆ ਫੇਰ ਟੰਗੀ ਫਿਰਦਾ ਹੱਥ ਚ ਹੈ ਓਏ ਦਾ ਦਾਰੂ ਦਾ ਨਾਲ ਜੱਟ ਦੇ ਕਬਰਾਂ ਵਿੱਚ ਜਾਊਗੀ ਕਬਰਾਂ ਵਿੱਚ ਇਹ ਗੱਲ ਸੁਣ ਮੇਰੀ ਤੂੰ ਤਾਂ ਤੂੜੀ ਵਾਲੇ ਕੱਪ ਮੰਗੂ ਉਹਨੂੰ ਢਿੱਡ ਨੂੰ ਭਰੀ ਜਾਣਾ ਐ ਨਹੀਂ ਇਹ ਭਰਦਾ ਹੈਗਾ रोज ਕੀ ਰੋਣਾ ਲੱਗ ਰੱਖਦੇ ਹੋ ਛੱਡ ਦੇ ਯਾਰ मर गया रोवेगी अखा दर दर रोवेगी तेन मासड़ तू यार पंगे ना पा यार हजे तो बोलन लगी नी जिदे मैं बोलन लगी ना अब तेरी बोलती जरूर बंद हो जूगी अच्छा हले तू घट बोल दी है मासी रोज दारू पिया के पक जांदा आपदे लक्षण ने पीण दे अपने सौ काम करने रोटी बना के खवावा तेन खवा दे रोटी अनाज दा एनू कासे दी नहीं सोच फिकर मेरे बल तो यह देखदा तक भी नहीं झाकदा तक भी नहीं सारा दिन एनू अपनी भोबे दी पई रहिंदी है की करा हुण मैं इत्थे ओह देख लै ਉਹ ਵੀ ਇਸੇ ਦਾ ਦੋਸਤ ਹੈਗਾ ਇਹਨੂੰ ਉਹਦੀ ਨਹੀਂ ਰੀਸ ਆਂਦੀ ਵੀ ਮੜੀ ਮੋਤੀ ਬੰਦੇ ਨੂੰ ਰੀਸ ਆਈ ਜਾਂਦੀ ਹੈ ਕਹਿੰਦੇ ਹੁੰਦੇ ਨੇ ਕਿ ਖਰਬੂਜਾ ਹੀ ਦੇਖ ਕੇ ਖਰਬੂਜੇ ਨੂੰ ਰੰਗ ਪਟਾਉਂਦਾ ਹੈਗਾ ਇਹ ਸਾਡੇ ਵਾਲਾ ਨਹੀਂ ਸੁਧਰਦਾ ਹੈਗਾ ਇਹ ਨਹੀਂ ਸੁਧਰਦਾ ਉਹ ਕਿੰਨੀ ਫਿਕਰ ਕਰਦਾ ਹੈਗਾ ਕਿੰਨਾ ਸਿਆਣਾ ਹੈਗਾ
जमी शर्म ला रखी बैठा हो जा हट जुड़ चलिया करा चलना माड़ी जनानी ने खा लिया मैं पता नहीं कद पेंडा छुटाऊगा रबे का जाने ही पऊगा शहर धमना देख ले सिसे तू धो ले गल जा शेरा ने मूह किने धोए ने शेर भाजी बुकते होंगे ने एडी कलाई जनानी है ना पिछो आवाज मारूगी मेनू पहले ही पता नहीं मैं आवाज मारूगी तेन ला मेरी गल सुन लाणी ने अज मिलता हिसाब किताब नहीं होंगे अज तेरे लक्षण आपदे नहीं है मैं पहले दिख रहे मेरे जमी तो बोल मारे पिछो पिछो नहीं बोल मारा करते बंदे नहीं जाते छल पै गया ना हो रहा पिछे मेरा शरीर टूटे पिया मैं जो शरीर नहीं बनिया मार दहाड़ा दिन देख के गया पता हो लगूगा साडू मुंडे तो नौ लेके बोल मारनी पे पड़ जाएंगे तलवारे क्यों एह जा की हो गया ਤੁਹਾਨੂੰ ਪਤਾ ਹੀ ਹੈ ਦਾਰੂ ਪੀਣ ਦਾ ਸਾਰਾ ਦਿਨ ਹੀ ਆ ਰਹਿੰਦਾ ਮੇਰੇ ਨਾਲ ਤਾਂ ਕਦੇ ਨਹੀਂ ਪਾਗਲ ਨੇ ਮਿੱਠਾ ਬੋਲ ਕੇ ਦੇਖਿਆ ਉਹ ਚੱਲ ਕੋਈ ਨਾ ਭਰਜਾਈ ਫਿਰ ਮੈਂ ਹੁਣ ਵਾਰੀ ਵਾਰੀ ਕਹਿੰਦਾ ਚੰਗਾ ਨਹੀਂ ਲੱਗਦਾ ਤੈਨੂੰ ਪਹਿਲਾਂ ਵੀ ਦੱਸਿਆ ਜੀ ਵੀ ਤੂੰ ਤਾਂ ਇਹਦੇ ਲਾਇਕ ਹੀ ਨਹੀਂ ਸੀ ਤੂੰ ਤਾਂ ਮੇਰੇ ਹੁੰਦੀ ਤਾਂ ਦੇਖੀ ਤੈਨੂੰ ਰਾਣੀ ਬਣਾ ਕੇ ਰੱਖਦਾ ਵਾ ਚੱਲ ਕੋਈ ਨਾ ਹੁਣ ਹੀ ਮਾਨ ਹੋਗਾ ਕਰੇਗਾ ਹੁਣ ਸਹਿਰ ਗਿਆ ਲੈ ਮੈਂ ਮੜੀ ਜੀ ਇੰਨੀ ਕੁ ਗੱਲ ਕਹਿਤੀ ਵੀ ਝੋਲਾ ਝੋਲਾ ਤਾਂ ਲੈ ਜਾ ਹਿਸਾਬ ਕਿਤਾਬ ਕਰਕੇ ਸੌਦਾ ਪੱਤਾ ਮੁੱਖਿਆ ਪੈ ਵੀ ਮਾੜਾ ਮੋਟਾ ਕੁਛ ਲੈ ਕੇ ਆ ਜੀ तू तो बथेरा सोच दी मेनू पता है तू तो सियानी है हुण ओनू सोचना चाहिदा है सारा दिन हुण दारू तां मैं भी पीना हुण मैं दिने तां नहीं पींदा टाइम ਹੁੰਦਾ ਇਹਦਾ ਵੀ ਕੋਈ ਇਹਨੀਆਂ ਕੰਜਰ ਉਹ ਵੀ ਖੋ ਕੇ ਲੈ ਜਾਂਦੇ ਲੁਕੇ ਛਿਪੇ ਉਹ ਵੀ ਨਹੀਂ ਮੇਰੇ ਕੋਲ ਰਹਿਣ ਦਿੰਦਾ ਹੈਗਾ ਚੱਲ ਕੋਈ ਗੱਲ ਨਹੀਂ ਤੂੰ ਖਰਚੇ ਖੁਰਚੇ ਵਾਲੀ ਨਾ ਸੋਚਿਆ ਕਰ ਤੂੰ ਆਪਣਾ ਸੌਦੇ ਪੱਤੇ ਵਾਲੀ ਤੂੰ ਦਾ ਉਹ ਦੱਸ ਲੈ ਕਿੰਨੇ ਪੈਸੇ ਦੇ ਦਿੰਦੇ ਨੇ ਚੱਕ ਤੂੰ
ਪੈਸਿਆਂ ਦਾ ਮਾਰ ਗਿਆ ਘਾਟਾ ਲੈ ਨਾ ਨਾ ਜੀ ਫਿਰ ਤੁਹਾਡੇ ਪੈਸੇ ਕਿਵੇਂ ਮੋੜਾਂਗੇ ਅਸੀਂ ਕੋਈ ਨਾ ਭਰਜਾਈ ਆਪਣਾ ਕਿਹੜਾ ਵੰਡਿਆ ਕੁਛ ਲੈ ਫੜ ਹੈ ਤੂੰ ਤਾਂ ਉਹੀ ਜਵਾਖਾਂ ਦੀਆਂ ਗੱਲਾਂ ਕਰੀਆਂ ਨੇ ਜਦੋਂ ਮਰਜ਼ੀ ਯਾਦ ਕਰ ਲੈਗਾ ਐ ਰੋਇਆ ਨਹੀਂ ਕਰਦੇ ਰੋ ਕੇ ਕੀ ਬਣੂਗਾ ਫਿਰ ਹੱਲ ਹੋ ਜੂਗਾ ਇਹਦਾ ਕੋਈ ਭਰਜਾਈ ਤੂੰ ਮੇਰੇ ਹੁੰਦੇ ਕਿਉਂ ਟੈਨਸ਼ਨ ਲੈਣੀ ਹੈ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਜਦੋਂ ਮਰਜ਼ੀ ਮੈਨੂੰ ਅੱਧੀ ਰਾਤ ਯਾਦ ਕਰ ਲਿਆ ਕਰ ਅੱਧੀ ਰਾਤ ਵੀ ਹਾਜ਼ਰ ਹੋਊਂਗਾ ਚਲੋ ਤਾਂ ਗੱਲ ਥੋੜੀ ਸਹੀ ਹੈ ਜੀ ਜੇ ਮੇਰੇ ਹਿਸਾਬ ਨਾਲ ਚੱਲੇਗੀ ਤਾਂ ਨਜ਼ਾਰੇ ਲਏਗੀ ਤੂੰ ਇੰਨੀ ਗੱਲ ਵੀ ਦੱਸਤੀ ਮੈਂ ਇਹ ਮੇਰੀ ਗੱਲ ਤੇ ਗੌਰ ਕਰੀ ਨਾਲੇ ਚੰਗਾ ਫਿਰ ਸ਼ਾਮ ਨੂੰ ਮਾਰੂੰਗਾ ਗੇੜਾ ਜਦੋਂ ਆਊਗਾ ਕੋਈ ਗੱਲ ਨਹੀਂ ਜੀ ਸੋਚ ਲਵਾਂਗੇ ਜ਼ਰੂਰ ਬੋ ਮੈਂ ਮਰ ਜਾਂ ਲੈ ਦੇਖ ਲੈ ਇੱਕ ਇਹ ਹੈ ਮੈਨੂੰ ਕਿੰਨੇ ਪੈਸੇ ਦੇ ਕੇ ਗਿਆ ਨਾਲੇ ਮੇਰਾ ਲੱਗਦਾ ਕੀ ਹੈ ਕੁਛ ਵੀ ਨਹੀਂ ਅਤੇ ਇੱਕ ਉਹ ਹੈ ਕੰਜਰ ਜਿਹੜਾ ਮੈਂ ਪੰਜਾਂ ਛਿੱਕਾਂ ਇਕੱਠਾ ਕਰਦੀ ਹਾਂ ਉਹ ਵੀ ਖੋ ਕੇ ਲੈ ਜਾਂਦਾ ਹੈਗਾ ਨਾਲੇ ਢਾਏ ਜਾਣਾ ਕੋਈ ਐ ਨਹੀਂ ਵੀ ਮੇਰੇ ਵਾਸਤੇ ਕੁਛ ਲੈ ਕੇ ਆਉਂਦਾ ਹੈਗਾ ਜਿਹੜਾ ਵੀ ਲਿਆਂਦਾ ਉਹਦੇ ਭੋਬੇ 'ਚ ਹੀ ਪਾਈ ਜਾਂਦਾ ਹੈਗਾ ਨਾ ਉਹ ਭਰੇ ਪੰਜੇ ਸਾਰਾ ਘਰ ਖਾ ਗਿਆ ਲੁੱਟ ਕੇ ਕੁਛ ਨਹੀਂ ਛੱਡਿਆ ਉਹਨੇ ਇਹ ਕੀ ਕੁਛ ਕਹੀ ਜਾਂਦਾ ਸੀਗਾ ਚੱਲ ਕੋਈ ਨਾ ਕੋਈ ਫੈਸਲਾ ਤਾਂ ਲੈਣਾ ਹੀ ਪੈਣਾ ਹੈਗਾ ਹੁਣ ਇਹਦੇ ਨਾਲ ਮੈਂ ਕਦੋਂ ਤੀਕਰ ਜੁੱਲੀ ਜਾਊਂਗੀ ਇਹਨੇ ਤਾਂ ਮੇਰੇ ਕੁੱਤੇ ਨਾਲ ਵੀ ਭੇੜੀ ਜੂਨ ਕਰ ਰੱਖੀ ਹੈਗੀ ਜਿਹੜੇ ਹਿਸਾਬ ਨਾਲ ਬੁੜਬੁੜ ਕਰਦਾ ਗਿਆ ਸੀ ਮੈਨੂੰ ਨਹੀਂ ਲੱਗਦਾ ਉਹ ਕੁਛ ਲੈ ਕੇ ਆਊਗਾ ਹੱਥ ਨੂੰ ਤਾਂ ਡੱਕ ਕੇ ਆਊਗਾ ਬੂਆ ਪੈਸੇ ਵੀ ਨਾ ਕੋਈ ਦੇਖ ਲੇ ਚੱਲ ਇਹਨਾਂ ਨੂੰ ਤਾਂ ਲੁਕੋ ਹੀ ਦਿੰਦੀ ਹਾਂ ਕਿਸੇ ਪਾਸੇ ਕੋਈ ਕੰਮ ਆ ਜਾਣਗੇ ਵੇਲੇ ਕੁ ਵੇਲੇ ਲੋੜ ਪੈ ਜਾਂਦੀ ਹੁੰਦੀ ਹੈਗੀ ਕੀ ਪਤਾ ਲੱਗਦਾ ਜੇ ਉਹ ਕੰਜਰ ਆ ਗਿਆ ਇਹ ਵੀ ਲੈ ਜੂਗਾ ਖੋ ਕੇ ਇਹ ਵੀ ਨਹੀਂ ਛੱਡਣੇ ਹੈ ਨੀ ਮਸੀਆ ਇੰਨੇ ਪੈਸੇ ਕਿੱਥੋਂ ਲੈਣੀਆਂ ਬੇਕੀ ਤੋਂ ਨਹੀਂ ਰਿਕੋਰੀ ਕਾਹਤੋਂ ਹੈ ਸੌ ਕਬੀਲਦਾਰੀ ਸੌ ਕੰਮ ਹੁੰਦਾ ਹੈ ਲੈ ਦੱਸ ਸਮਾਨ ਦੇ ਲਿਆ ਮੈਂ ਥੋੜਾ ਜਿਹਾ ਤੇ ਕੀ ਲੈਣਾ ਹੈਗਾ ਤੂੰ ਕੁਝ ਖਾਣ ਵਾਸਤੇ ਖਾਣ ਨੂੰ ਨਾ ਆ ਰਹਿ ਲੈ ਦੱਸ ਮਾਸੀ ਵੇ ਗੱਲ ਸੁਣ ਮੇਰੀ ਤੂੰ ਨਾ ਆਤਾ ਲਿਆ ਕਰ ਸਾਰੇ ਦਿਨ ਪਿੰਡਾ ਖੁਰਕੀ ਰਹਿਣਾ ਤੂੰ ਵੀ ਤੇਰਾ ਮਸੜ ਵਰਗਾ ਹੋ ਰਿਹਾ ਨਾ ਨੂੰ ਕੀ ਹੈ ਕੱਲ ਤਾਂ ਜੀ ਨਾ ਲੈ ਫੜੇ ਗਰਮੀ ਕਿੰਨੀ ਹੋ ਰਹੀ ਹੈਗੀ ਕੱਲ ਦੇ ਕੱਪੜੇ ਪਾਏ ਫਿਰਦਾ ਤੂੰ ਪਰਸੋਂ ਚੌਥੇ ਦੇ ਪਾਰਖੇ ਹੁਣ ਮੇਰੇ ਹਿਸਾਬ ਨਾਲ ਤਾਂ ਕੋਈ ਨਹੀਂ ਨਾ ਲੂੰਗਾ ਪੈਸੇ ਤੇ ਦੇ ਤੂੰ ਤਾਂ ਪੈਸੇ ਲੁਕੋਈ ਜਾ ਰਹੀ ਹੈ ਤੂੰ ਕੀ ਕਰਨਾ ਪੈਸਿਆਂ ਦਾ ਮੈਂ ਕੁਝ ਖਾ ਪੀ ਲੂੰਗਾ ਦੇ ਉਤਰਾ ਮਸੜ ਗਿਆ ਹੋਇਆ ਸਹਿਰ ਉਹ ਲਿਆ ਕੇ ਦੇਉ ਤੈਨੂੰ ਕੇਲੇ ਦੇਖੀ ਤਾਂ ਤੂੰ ਉਹਦੇ ਲਿਆਂਦੇ ਹੋਏ ਕੇਲੇ ਖਾ ਕੇ ਦੇਖੀ ਕਿਹੜੇ ਲਿਆਊਗਾ ਕੇਲੇ ਉਹ ਆਪੇ ਆ ਜੇ ਘਰੇ ਉਹ ਸਹੀ ਹੈ ਮੈਨੂੰ ਐ ਕਰ ਥੋੜੇ ਪੈਸੇ ਦੇ ਤੇ ਮੈਂ ਆਪੇ ਲਿਆਉਂਗਾ ਬੇ ਨਾ ਨਾ ਉਹ ਕਹਿ ਕੇ ਗਿਆ ਸੀਗਾ ਮੈਂ ਕਹਿੰਦਾ ਸਾਰਾ ਦਿਨ ਪੰਮੀ ਦੀ ਕੰਮ ਕਰਦਾ ਫਿਰਦਾ ਰਹਿੰਦਾ ਹੈਗਾ ਕਹਿੰਦਾ ਮੈਂ ਖਾਣ ਨੂੰ ਲਿਆ ਕੇ ਦੇਊਂਗਾ ਮੈਂ ਕਿਹਾ ਸੀ ਮਹਾਂ ਸ਼ਹਿਰ ਗਿਆ ਬਾਣੀ ਨਾਲ ਹਿਸਾਬ ਕਿਤਾਬ ਕਰਕੇ ਆਵੇਂਗਾ ਖਾਲੀ ਹੱਥ ਨਹੀਂ ਘਰੇ ਬੜਿਆ ਕਰਦੇ ਕਹਿੰਦਾ ਨਾ ਨਾ ਮੈਂ ਪੱਕਾ ਲੈ ਕੇ ਆਊਂਗਾ ਚੰਗਾ ਚੱਲ ਠੀਕ ਹੈ ਮਾਸੀ ਮਰਜ਼ੀ ਹੈ ਚੱਲ ਠੀਕ ਹੈ ਤੇ ਮੈਂ ਤੈਨੂੰ ਚਾਹ ਦੀ ਘੁੱਟ ਬਣਾਉਣੀ ਹੈ ਚਾਹ ਪੀ ਲੈ ਨਾਲੇ ਨਾਲੇ ਨਾ ਲੈ ਵੇ ਕੱਢ ਦੇ ਕੱਪੜੇ ਉਹ ਨਾ ਲੂੰਗਾ ਮਾਸੀ ਕੱਲ ਤਾਂ ਨਾ ਆਦੀ ਹਲੇ ਨਾਲੇ ਗੱਲ ਸੁਣ ਮੇਰੀ ਵੇ ਦੱਸ ਆ ਐਡਾ ਟੋਕਰਾ ਕਰ ਰੱਖੇਗਾ ਤੇ ਉਹਨਾਂ ਨੂੰ ਮਨਾ ਨਹੀਂ ਸਕਦਾ ਹੈਗਾ ਇਹ ਤਾਂ ਡਿਜ਼ਾਈਨ ਹੈ ਵਾਲਾਂ ਦਾ ਤੈਨੂੰ ਪਤਾ ਨਹੀਂ ਆ ਫੈਸ਼ਨ ਚੱਲ ਰਿਹਾ ਆ ਬੱਚਾ ਬਣਾ ਫੈਸ਼ਨ ਦਾ ਟੋਕਰਾ ਤਾਂ ਰੱਖਿਆ ਆਏ ਰਾਲ ਲੋੜੀ ਰੱਟ ਦੇ ਕੌੜਾ ਵਿੱਚ ਜਾਊਗੀ ਕੁੜਾ ਖੋਲ ਮਹੰਤਰੀ ਇਹ ਆ ਗਿਆ ਜਿਹੜਾ ਢੋਲ ਮਹੰਤਰੀ ਇਹ ਦੇਖੀ ਮਾਸੜ ਉੱਤੇ ਨਾ ਡਿੱਗ ਜੀ ਆਹ ਪਾਣੀ ਆ ਪੀ ਵਾਸੇ ਪਾਣੀ ਲੈਣੇ ਆ ਮਸੜਾ ਲੈਣਾ ਪਾਣੀ ਪੂਰੇ ਹੋ ਗਏ ਹਾਂਜੀ ਉਦੋਂ ਤਾਂ ਖਾਂਦੀ ਸੀ ਬਦਾਮ ਗਿਰੀ ਮੈਨੂੰ ਬਦਾਮ ਲਿਆ ਦੇ ਮੈਨੂੰ ਕਾਜੂ ਲਿਆ ਦੇ ਅੱਜ ਆ ਲਿਆ ਦੇ ਅੱਜ ਵਾਹ ਲਿਆ ਦੇ ਬਸ ਹੋ ਗਏ ਪੂਰੇ ਬੂਵੇ ਰੁੜ ਜਾਣਿਆ ਉਹ ਕਾਜੂ ਬਦਾਮ ਤੇ ਕਿੱਦੇ ਲਿਆ ਕੇ ਦਿੱਤੇ ਨੇ ਦੱਸ ਤਾਂ ਦੇ ਕਾਜੂ ਬਦਾਮਾਂ ਨਾਲ ਪੂਰੇ ਹੋ ਗਏ ਨਾ ਆ ਜਿਹੜੀ ਅੱਲ ਵਰਗੀ ਲਈ ਫਿਰਦਾ ਹੈਗਾ ਇਹ ਫਰੀ ਦਿੰਦੇ ਨੇਗੇ ਹਾਂ ਇਹਨਾਂ ਨੇ ਫੁੱਕੇ ਸਾਰਾ ਪੈਸਾ ਮੈਂ ਸੋਣਾ ਪਾਣੀ ਪੀ ਲਿਆ ਹੋ ਲਿਆ ਬੇਟਾ ਮੇਰੇ ਤੇ ਚੜ ਜਾ ਕਰ ਤੂੰ ਤਾਂ ਦੁਨੀਆ ਕਿਹੜਾ ਮੇਰੇ ਤੇ ਚੜ ਜਾ ਕਰ ਮੇਰੇ ਤੇ ਚੜ ਜਾ ਕਰ ਨਾ ਹੋਰ ਦੱਸ ਕੀਤੇ ਚੜਾ ਸਾਰਿਆਂ ਨਾਲੋਂ ਵੱਧ ਖਰਚਾ ਕੀਤਾ ਕੌਣ ਖਾਂਦਾ ਪੀਂਦਾ ਹੈਗਾ ਤੇਰਾ
मेरा बू बे तू मर्जे पै जाए तेरे कीड़े हो भी गठ बैठ दे तेरे रुक जाने तू मेरा खादा खर्चा पाउडर लिया पित पाउडर लिया अच्छा फिर सुरखी बिंदी प्रधान बनी मेनू तो तेरी करतूत का पहले ही पता सी तोर नू जीता करदा नहीं थी पर की करा सरदा नहीं है बोलना है जबर जबर तेरी आदत है वैसा हजे मैं बोलना है ले नहीं फिर केले है दोस्त मिल गया जी कोई एक दिन पलिया दू कोई दो दिन पलिया दू रोज नी कोई दोस्त पलियांदे हैगे किसी दिन तरी पई है और रोज कौन पींदा है ओई बहम कई और आ तै ता सस्से वाले दा नाम ले रखेगा सस्से वाले दा नाम सस्से वाले दा करी गई है ले मासी फिर तू दे फिर पैसे मैं ले ना केले मासड़ ता ले नहीं हैगा वे मैं का दे पैसे देवा मेरे कोले नहीं हैगे पैसे तू समय किथों दे दे तन्नू ओ ले ता रही थी अदा इन्ने पैसे चक्की फिर रही थी हां ओए से चक्की फिर और मासड़ा इन्ने पैसे ले रही थी 500 दिन होटा तू के फिर गई है पैसे हाल ने दोस्तों अपनी कंग टीवी टीम वालों सारे प्यार भरी सत श्री अकाल उम्मीद करते हैं कि सारे ठीक होंगे जो हमने हमने तुम ने वीडियो देखी है वीडियो थोड़ी किमें लगी लाइक से कमेंट करके जरूर दस्यो सुखजिंदर धालीवाल इन्होंने वीर का बहुत बहुत धन्यवाद जी दोस्तों भी अपना नाम बुलाना चाहते हो तो वो कमेंट जरूर करा करो।